ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਲਓ ਐਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਲੈ ਕੇ ਆਇਆ ਅੱਜ ਇੱਕ ਮਾਸ਼ਾਅੱਲਾ ਪਿਓਰ ਜਿਹੜਾ ਨਾ ਨੀਲੀ ਰਾਵੀ ਕ੍ਰਾਸ ਹੈ, ਅਤੇ ਲੱਗਦੇ ਤਾਂ ਗੁਣ ਨੀਲੀ ਵਾਲੇ ਨੇ। ਬਾਕੀ ਮਜ਼ੀਦ ਜਿਹੜਾ ਨਾ ਇਹਨਾਂ ਕੋਲ ਪੁੱਛਣੇ ਆ ਮਾਲਕਾਂ ਦੇ ਕੋਲੇ ਦੇ ਕੀ ਗੁਣ ਹੈ, ਅਤੇ ਮਾਸ਼ਾਅੱਲਾ ਬੜੀ ਤਗੜੀ ਮੱਝ ਹੈ। ਬਾਕੀ ਡਿਟੇਲ ਲੈਂਦੇ ਹਾਂ, ਮੱਝ ਦਿਖਾਓ ਨਾਲ ਨਾਲ ਇਹਨਾਂ ਕੋਲ ਪੁੱਛਣੇ ਆ। ਫਿਰ ਕੀ ਗੱਲ ਹੈ, ਫਰਮਾ ਲਿਆ ਬਸ। ਤੋਰ ਲੈਂਦੇ ਹਾਂ ਜੀ, ਤੋਰ ਲੈਂਦੇ ਸਾਰੀ ਦੁਰਦੀ ਜਾਂਦੀ, ਸਾਰੇ ਪਿੱਛੇ ਅੱਟ ਕੇ ਮਾਰ ਦਿੱਤਾ। ਅਸੀਂ ਟੋਰਿਆਂ ਲਾ ਲਓ ਖੁੱਲਾ ਟੋਰੋ ਛਾਟ ਕੇ ਨਾ ਸਾਰੀ ਖੁੱਲੀ ਬਣਾ ਮਾ, ਚਲੋ ਪਤਾ ਲੱਗੇ ਕੀ ਸ਼ੈ ਆ। ਠੀਕ ਹੈ, ਕੋਈ ਨਹੀਂ, ਤੁਰਨੀ ਲੈ ਚਲੋ ਪਿੱਛੇ ਕਿੱਲੇ ਤੇ ਲੈ ਆਰਾਮ ਨਾਲ। ਹੁਣ ਤਾਂ ਆਰਾਮ ਨਾਲ ਟੁਰਿਆ, ਬਸ ਠੀਕ ਹੈ ਬਾਈ, ਕੱਟੀ ਹੈ ਨਾ ਥੱਲੇ, ਬਸ ਠੀਕ ਹੈ। ਕੱਟੀ ਥੱਲੇ ਜੀ ਦੋਸਤੋ, ਕੱਟੀ ਹੈ ਬਾਈ, ਕੱਟੀ 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 ਹੈ। ਨਾੜੂ ਮੇਰਾ ਖਿਆਲ ਟੋਕੀ ਗਿਆ, ਕਦੋਂ ਦੀ ਸੂਵੀ ਹੋਈ ਹੈ? ਕੱਲ ਦੀ ਸੂਵੀ, ਕੱਲ ਦੀ ਸੂਵੀ। ਹਾਂ, ਕੱਟੀ ਤੁਸੀਂ ਮਹਿਸੂਸ ਹੋ ਰਿਹਾ, ਬਿਲਕੁਲ ਤਾਜ਼ੀ। ਮੂੰਹ ਥੋੜਾ ਜਿਹਾ ਲਵੋ, ਲੈ ਬਸ ਠੀਕ ਹੋ ਗਿਆ। ਥੋੜ੍ਹਾ ਮੂੰਹ ਸਹੀ ਨਾ, ਬਸ
السلام علیکم جی. وعلیکم السلام. کیا حال ہے سر جی؟ ٹھیک ہو؟ کی نام ہے جی اپنا؟ محمد اختر. محمد اختر، ماسٹر محمد اختر. چک نمبر 400 پورا مسریرا گنڈاس چوک دے بالکل نزدیک ہی ہے، تحصیل تاندلے والا، ضلع فیصل آباد، جتھے مج کھڑی ہے جی. تے سر جی کنواں صبح سوئی ہے مج؟ دوسری صبح سوئی ہے. ہاں جی. کل سوئی ہے؟ اے استاد جی، تسی حاضر ڈیوٹی ہو اس ماسٹر دی تے تانوں ماسٹر کہندے نے تھوڑا جی. اچھا، اے انٹرویو دے دو. خیر دوستو، دوسرا صبح سوئی ہے، ایک دن ہو گیا سوئی نو، اج 25 تاریخ ہے، کل دی سوئی ہے. ہاں جی. تے ਥੱਲੇ ਕੱਟੀ ਹੈ ਕਿੰਨਾ ਹਾਜ਼ਰ ਮੌਕੇ ਦਾ ਬੋਲ ਆਇਆ ਜਿਹੜਾ ਹੈ ਤੁਸੀਂ ਚੁਆਈ ਕਰ ਰਹੇ ਹੋ? ਹਾਂਜੀ, ਤਾਂ ਕੱਲ ਮਤਲਬ ਪਹਿਲੇ ਦਿਨ ਚੋਈ ਹੈ ਅਤੇ ਅੱਜ ਪੰਜ ਸਿਰ ਦੋ ਮਤਲਬ ਇਹਨਾਂ ਦਾ ਨਾ ਜੀ ਜੀ ਦੋ ਥਣਾਂ ਦਾ. ਅੱਛਾ, ਦੋ ਅਗਲੀ ਜੋੜੀ ਦਾ? ਹਾਂ, ਪਿਛਲੀ ਜੋੜੀ ਦਾ. ਅੱਛਾ, ਸੋਰੀ ਪਿਛਲੀ ਜੋੜੀ ਦਾ. ਹਾਂ, ਪੰਜ ਕਿਲੋ ਪਿਛਲੀ ਜੋੜੀ ਦਾ ਚੁਆਇਆ. ਅਜੇ ਤੀਕਰ ਤਾਂ ਇੱਕ ਬੋਲ ਆਇਆ. ਹਾਂ, ਹਾਲੇ ਤਾਂ ਕੱਚੀ ਮੱਝ. ਪਹਿਲਾਂ ਕਿੰਨਾ ਚੁਆਈ ਕੀਤੀ ਨੇ? ਪਹਿਲਾਂ ਬੋਲ ਆਇਆ, ਪਹਿਲੇ ਤਾਂ 10 ਕਿਲੋ ਦਿੱਤਾ ਇਹਨੇ ਪਹਿਲੇ ਪਹਿਲਾਂ ਬੋਲ ਆ 10 ਕਿਲੋ, ਅਤੇ ਵੈਸੇ ਆਮ ਰੂਟੀਨ ਨਾਲ ਜੋੜੀ ਦਾ 5 ਕਿਲੋ ਹੈ. ਅਗਲੀ ਜੋੜੀ ਬੱਚੇ ਨੂੰ ਚੱਲ ਬੱਚੇ ਨੂੰ. ਹਾਂ, ਮਤਲਬ 2-3 ਚੁਆਈਆਂ ਤੁਸੀਂ ਕੀਤੀਆਂ, ਤੇ ਕੀ ਇਹਦੇ ਤੇ ਤਵੱਕੋ ਕੀਤੀ ਜਾਂਦੀ ਕਿ ਦੁੱਧ ਕਿੰਨਾ ਕਿੱਥੇ ਤੱਕ ਲੈ ਜਾ ਸਕੇ? ਤਕਰੀਬਨ 20-25 ਕਿਲੋ, 20-25 ਲੀਟਰ ਦੁੱਧ ਦੇਗੀ. ਮਾਸ਼ਾਅੱਲਾ, ਮਾਜ ਦੇ ਵਜੂਦ ਤੋਂ ਵੀ ਨਜ਼ਰ ਆ ਰਿਹਾ ਕਿ ਇਤਨਾ ਦੁੱਧ ਕਰ ਸੀਗੀ. ਬਾਕੀ ਸ਼ੇਖ ਖੈਰ ਖਸੂਸੀ ਅੱਧਾ ਕੱਟੀ ਥੱਲੇ, ਕਿੰਨੀ ਕੀਮਤ ਹੈ ਮਾਸਟਰ ਸਾਹਿਬ ਇਹਦੀ? ਕੀਮਤ ਅਸੀਂ ਇਹਦੀ 5 ਲੱਖ ਡਿਮਾਂਡ ਕਰਨੇ ਹੈ. 5 ਲੱਖ ਰੁਪਏ? ਕਰੋਨਾ ਦੇ ਹਾਲਾਤ ਤੋਂ ਡਰੋ, ਅੱਲਾ ਪਾਕ ਆਪਣੇ ਹਿਫਜ਼ ਅਮਾਨ ਰੱਖੇ, ਤੇ 5 ਲੱਖ ਸਹਿ ਸਾਰਾ ਹੁੰਦਾ ਹੈ. ਚਲੋ, ਕੋਈ ਰਹਿਤ ਕਰ ਲਈ ਸਾਂ ਕਰੋ ਜਿਹੜੀ ਕਰਨੀ ਜੀ. ਸਾਢੇ 4 ਲੱਖ. ਚਲੋ, 4.5 ਲੱਖ. ਹਾਂਜੀ. ਕੋਈ ਹੋਰ ਦੱਸੋ ਜਿਹਦੇ ਵਿੱਚ ਜਿੱਥੇ ਬਿਲਕੁਲ ਆਪਣਾ ਨਾ ਗੁੰਜਾਇਸ਼ ਨਾ. ਹਾਲੇ ਵੀ ਕਰੋਨਾ ਹੈ ਜੀ? ਕਰੋਨਾ ਹੈ, ਅਜੇ ਲਾਕਡਾਊਨ ਖਤਮ ਕੋਈ ਨਹੀਂ ਹੋਇਆ ਜੀ. ਚਲੋ, ਕੋਈ ਹੋਰ 20,000 ਘਟਾ, ਮਤਲਬ ਕਿ 4,20,000. ਹਾਂਜੀ, 4,20,000. 4,20,000. ਕੋਈ ਹੋਰ ਵੀ ਕਿਵੇਂ ਆਪਾਂ ਡਰਦੇ ਚਲੀਏ ਤੇ ਪਿੱਛੇ ਹਟਦੇ ਆਈਏ ਕੀਮਤ? ਫਾਈਨਲ ਹੁਣ ਇਸ ਤੋਂ ਘੱਟ ਨਹੀਂ ਅਸੀਂ 4,20,000 ਰੁਪਏ. ਨਹੀਂ, ਫਿਰ ਵੀ ਅੱਲਾ ਪਾਕ ਕਰੇ, ਅੱਲਾ ਨਸੀਬ ਹੈ ਜਿਹਦੇ 'ਚ ਹੈ ਉਹ, ਅੱਲਾ ਪਾਕ ਉਹਨਾਂ ਨਸੀਬ ਹੈ. ਮਾਜ ਤਾਂ ਮਾਸ਼ਾਅੱਲਾ ਅੱਛਾ ਵਜੂਦ ਦੱਸੋ, ਲੇਕਿਨ ਸਾਨੂੰ ਕੁਛ ਤੁਸੀਂ ਦੱਸੋ ਇਹਦੇ 4,20,000, 5 ਲੱਖ ਵਾਲੀਆਂ ਕਿਹੜੀਆਂ ਖਸੂਸੀਆਂ ਨੇ? ਖਸੂਸੀਆਂ ਵੀ ਉਮਰ ਜਵਾਨ ਹੈ ਜੀ, ਦੂਜੇ ਸੂਏ ਖੁੰਡੀ ਹੈ, ਸਿੰਘਾਂ ਤੋਂ ਖੁੰਡੀ ਹੈ ਜੀ ਜੀ, ਅਤੇ ਥਾਣ ਚੱਡੇ ਦੀ ਬੜੀ ਖੂਬਸੂਰਤ ਹੈ, ਥਾਣ ਜਿਹੜੇ ਨੇ ਖਾਣ ਬੜੇ ਮਤਲਬ ਗਿੱਠ ਗਿੱਠ ਤੇ ਫਾਲਾਂ ਨੇ. ਮਾਸ਼ਾਅੱਲਾ ਜੀ, ਬਿਲਕੁਲ ਦੋਸਤਾਂ ਨਜ਼ਰ ਆ ਰਿਹਾ ਜੋ ਵੀ ਚੀਜ਼ ਹੈ, ਲੇਕਿਨ ਫਿਰ ਵੀ ਤੁਹਾਡੇ ਕੋਲ ਦੱਸਣਾ ਕਹਿਲਾਣਾ ਸਾਡੇ ਜਿਹੜਾ ਨਾ ਮਾਸ਼ਾਅੱਲਾ ਦੋਸਤ ਦੇਖ ਰਿਹਾ ਪੋਲੀ ਮੱਝ ਪੋਲੀ ਚੋਵਣ ਨੂੰ ਕੋਈ ਕਿਸੇ ਕਿਸਮ ਦਾ ਛੱਟਾ ਪਾ 20-25 ਕਿਲੋ ਦੁੱਧ ਕਰੇਗੀ ਇਨਸ਼ਾਅੱਲਾ. ਚਲੋ, ਅੱਲਾ ਪਾਕ ਦੋਸਤੋ ਤੁਹਾਡਾ ਨਸੀਬ ਵਿੱਚ ਕਰੇ ਜਿਹਦੇ 'ਚ. ਮਾਸਟਰ ਆਪਣਾ ਨੰਬਰ ਸਾ ਜੀ ਦੱਸਿਆ? 0341 ਜੀ 75-73-400. ਠੀਕ ਹੋ ਗਿਆ, 0341-75-73-400 ਪੂਰਾ, ਮਤਲਬ ਕਿ 4-73-400. ਠੀਕ ਹੈ ਦੋਸਤੋ, ਮਾਸ਼ਾਅੱਲਾ ਮੱਝ ਬਿਲਕੁਲ ਚੰਗੀ ਤਗੜੀ ਤੇ ਸੋਹਣੀ ਮੱਝ ਹੈ. ਹੁਣ ਰੇਟ ਤਾਂ ਦੱਸ ਦਿੱਤਾ ਮਾਸਟਰ ਸਾਹਿਬ, ਬਾਕੀ ਜਿੱਥੇ ਕਿਸੇ ਦੇ ਨਸੀਬ ਹੈ, ਹਰ ਪਾਸੇ ਸੋਹਣੇ ਪੁੱਠੇ ਵਾਲੀ ਹੈ ਤੇ ਸੋਹਣੇ ਲਿਬਾਸ ਵਾਲੀ ਹੈ. ਬਾਕੀ ਦਿਖਾ ਦੇਵੋ ਮਜ਼ੀਦ ਵੀ ਨਾ, ਅੱਖਾਂ ਚਿੱਟੀਆਂ ਤੇ ਹੋਣ ਕਾਲੀ, ਅੱਖਾਂ ਦੇ ਬਾਕੀ ਸਾਰੀ ਕਾਲੀ ਹੈ, ਚਮੜੀ ਮਾਸ਼ਾਅੱਲਾ ਦੇਖ ਰਹੇ ਹੋ, ਹਰ ਪਾਸੋਂ ਕਾਲੀ ਦਾ ਪੁੱਠਾ ਬੜਾ ਮਾਸ਼ਾਅੱਲਾ ਸੋਹਣਾ ਇਸ ਹੋ ਗਿਆ. ਚੰਗੀ ਰਾਤ 43 ਦੂਸਰੇ ਸੂਬੇ ਦੀ ਮਾਸ਼ਾਅੱਲਾ, ਤੇ ਦੁੱਧ ਇਨਸ਼ਾਅੱਲਾ. ਚਲੋ ਜ਼ਿਆਦਾ ਨਹੀਂ ਤਾਂ ਖੂਬਸੂਰਤ 22-24 ਲੀਟਰ ਪੱਕਾ ਹੋ ਗਿਆ ਕੱਟੇ ਹੋ, ਬਿਲਕੁਲ ਉੱਥੇ ਹੀ ਕੁੰਡੀ ਹੋ, ਕੁੰਡੀ ਨਮਾ ਸਿੰਘ ਨੇ ਖੁੰਡੇ. ਹਾਂਜੀ, ਕੁਦਰਤੀ ਨਮਾ ਸਿੰਘ. ਚਲੋ ਠੀਕ ਹੈ ਦੋਸਤੋ, ਮਾਸ਼ਾਅੱਲਾ ਜਿਹੜੀ ਚੀਜ਼ ਵੀ ਤੁਹਾਨੂੰ ਦਿਖਾਈ ਹੁਣ, ਤਾਰੀਫਾਂ ਤਾਂ ਰੱਬ ਦੀ ਜ਼ਾਤ ਦੀਆਂ, ਜੋ ਇਹ ਤੁਸੀਂ ਖੁਦ ਦੇਖ ਰਿਹਾ ਪਹਿਚਾਣ ਤੁਸੀਂ ਖੁਦ ਕਰ ਲੈਣੀ ਕਿ ਕੀ ਚੀਜ਼ ਹੈ. ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ, ਅੱਲਾ ਹਾਫਿਜ਼.